ਅਸੀਤਾ ਇਹ ਹੈ ਕਿ ਜਿਸ ਇਹਨਾਂ ਨੇ ਇੱਕ ਗੁਰੂ ਸਾਹਿਬ ਨੂੰ ਆਪਾਂ ਜਾਗਦੀ ਜੋਤ ਦਾ ਦਰਜਾ ਦਿੱਤਾ ਤੇ ਇੱਕ ਕਿਸਮ ਦਾ ਕਤਲ 302 ਧਾਰਾ ਇਹਨਾਂ ਤੇ ਲੱਗਣੀ ਚਾਹੀਦੀ ਆ ਖਾਸ ਕਰਕੇ ਬਾਦਲਾਂ ਤੇ ਸਰਕਾਰ ਜੇ ਕਰਨੇ ਤੇ ਅਜੇ ਕੀ ਨਹੀਂ ਕਰ ਸਕਦੀ ਸਰਕਾਰ ਦੇ ਹੱਥ ਇੰਨੀ ਕੁ ਪਾਵਰ ਹੈ ਕੁਝ ਵੀ ਕਰ ਸਕਦੀ ਕੁਝ ਵੀ ਚਲੋ ਜੇ ਇਹਨਾਂ ਨੇ ਇਹ ਕਦਮ ਚੁੱਕਿਆ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਇਕੱਲਾ ਜਾਂਚ ਤੱਕ ਨਾ ਸੀਮਤ ਰੱਖਿਓ ਨੌਵੇਂ ਤੱਕ ਸੀਮਤ ਨਾ ਰੱਖਿਓ ਕਿ ਨੌ ਆਗੇ ਜੀ ਚਲਾਨ ਪੇਸ਼ ਕਰਤਾ ਨਹੀਂ ਇਹਨਾਂ ਨੂੰ 302 ਲਾ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਦਿੱਤੀ ਜਾਣੀ ਚਾਹੀਦੀ ਹੈ ਇਹਨਾਂ ਨੂੰ ਤਾਂ ਜਾ ਕੇ ਕਿਤੇ ਜਿਹੜੇ ਸਿੱਖ ਕੌਮ ਦੇ ਦਰਦਾਂ ਤੇ ਕਿਤੇ ਮੱਲਮ ਦਾ ਕੰਮ ਹੋ ਸਕਦਾ ਇਹਨਾਂ ਦੀ ਆ ਬਾਈ ਨੇਮ ਡੂਟੀਆਂ ਲੱਗਦੀਆਂ ਬਾਈ ਨੇਮ ਇਹਨਾਂ ਤੇ ਕਾਰਡ ਬਣਦੇ ਆ ਡੂਟੀਆਂ ਲੱਗਦੀਆਂ ਫੇਰ ਵੀ ਸਾਨੂੰ ਇਹ ਨਹੀਂ ਪਤਾ ਵੀ ਫੇਰ ਵੀ ਅਸੀਂ ਅਣਪਛਾਤੇ ਕਹਿ ਦਿੱਤੇ ਕੇ ਪੁਰਸਾਂ ਅਫਸ਼ਾਤੀ ਸੀ ਕਿਤੇ ਨਾ ਕਿਤੇ ਦੋਸ਼ੀ ਬਾਦਲ ਪਰਿਵਾਰ ਸਿਗਾ ਇੰਨੀਆਂ ਲਾੜਤਾ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਸੇ ਹੋਰ ਪਿਛਲੀ ਸਰਕਾਰ ਨੂੰ ਪਈਆਂ ਹੋਣੀਆਂ ਜਿੰਨੀਆਂ ਆ ਸਾਲ ਦੇ ਵਿੱਚ ਵਿੱਚ ਇਹਨਾਂ ਨੂੰ ਪੈ ਗਈਆਂ ਤੇ ਇਹ ਜਿਹੜੀਆਂ ਜ਼ਿੰਮੇਵਾਰੀ ਜੇ ਇਹ ਸਰਕਾਰ ਸਮਝੇ ਤਾਂ ਇਨਸਾਫ ਮਿਲ ਸਕਦਾ ਜਿਹੜੀ ਬਾਕੀ ਵੀ ਘਟਨਾਵਾਂ ਹੋਈਆਂ ਉਹਨਾਂ ਦਾ ਇਨਸਾਫ ਦਵਾ ਸਕਦੇ ਸੀ ਲਗਾਤਾਰ ਤਾਂ ਗੱਜਬਾਦਲ ਦੇ ਪ੍ਰਵਾਦੀ ਗਲਤੀ ਹੈ ਉਹ ਕਹਿੰਦੇ ਵੀ ਇਹ ਤਾਂ ਧੱਕੇ ਨਾਲ ਸਾਡਾ ਨਾਂ ਪਾਉਣ ਦੀ ਕੋਸ਼ਿਸ਼ ਹੈ ਸਾਨੂੰ ਬਦਨਾਮ ਕਰ ਰਹੇ ਨੇ ਇਹ ਸਿਆਸਤ ਖੇਡੀ ਜਾ ਰਹੀ ਹੈ ਅਕਾਲੀ ਦਲ ਸਰਕਾਰ ਨਹੀਂ ਮਾਰੀ ਅਸੀਂ ਖੁਦ ਕਾਲੀ ਆ ਅਸੀਂ ਵੀ ਕਾਲੀ ਆ ਅਕਾਲੀ ਪਾਰਟੀ ਛੇਦਾਂ ਦਾ ਬਹੁਤ ਖੂਨ ਡੋਲਿਆ ਤਾਂ ਜਾ ਕੇ ਅਕਾਲੀ ਪਾਰਟੀ ਆਉਂਦ ਚਾਈਆ ਪਰ ਇਹ ਜਿਹੜੇ ਕੋਸ਼ਕ ਬੰਦੇ ਇਹ ਬਾਦਲਾ ਨਾ ਅਕਾਲੀ ਦਲ ਜਿਹੜਾ ਨਾਂ ਆ ਇਹ ਬਦਨਾਮ ਕਰਕੇ ਰੱਖਿਆ ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜਿਹੜੇ ਮੈਂ ਤੁਹਾਡੇ ਨਾਲ ਜਕੀਰ ਸਿੰਘ ਬੀਤੇ ਦਿਨਾਂ ਦੇ ਵਿੱਚ ਚਾਰਸ਼ੀਟ ਦਾਖਲ ਕੀਤੀ ਜਾਂਦੀ ਹੈ ਕੋਟਕਪੂਰਾ ਗੋਲੀਕਾਰਨ ਨੂੰ ਲੈ ਕੇ ਜਿਸ ਦੇ ਵਿੱਚ ਵੱਡੇ ਨਾਮ ਸਾਹਮਣੇ ਆਉਂਦੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸੁਮੇਤ ਸੈਣੀ ਹੋਰਾਂ ਦਾ ਤਾਂ ਹੋਰ ਜਿਹੜੇ ਅਧਿਕਾਰੀ ਉਸ ਵੇਲੇ ਸੀਗੇ ਤਾਂ ਹੁਣ ਜਿਹੜੀ ਐ ਸਿੱਟ ਨੇ ਸੰਮਨ ਜਾਰੀ ਕਰ ਦਿੱਤੇ ਨੇ ਜਿਸ ਦੇ ਵਿੱਚ ਮੁੱਖ ਸਕੱਤਰ ਪ੍ਰਿੰਸੀਪਲ جس دا نام ہے گگن دی برڑ اس نو සම්ਮਨ ਕਰ ਦਿੱਤੇ گئے نے سابقہ افسر نے جڑے आरएस ਖਟڑا ڈی آئی جی ਇਹਨਾਂ ਨੂੰ ਕਰ ਦਿੱਤੇ گئے نے تاروہی چوہدری اے ڈی جی پی ਇਹਨਾਂ ਨੂੰ ਵੀ ਜਿਹੜਾ සම්ਮਨ ਕਰ ਦਿੱਤਾ ਗਿਆ ਤਾਂ ਬਹੁਤ ਜਲਦੀ ਇਹਨਾਂ ਨੂੰ ਜਿਹੜਾ ਬੁਲਾਇਆ ਜਾਏਗਾ ਪੁਛਗੀ چھویے کی سیٹ ਵੱਲੋਂ ਤਾਂ ਇਸ ਦੇ ਵਿੱਚ ਗੱਲਬਾਤ ਕਰਦੇ ਆ ਸਾਡੇ ਨਾਲ ਹਰਨੇਕ ਸਿੰਘ ਫੌਜੀ ਨੇ ਵਾਰਿਸ پنجاب ਜਥੇਬੰਦੀ ਦੇ ਪ੍ਰਧਾਨ ਕਿ ਕਿਵੇਂ ਸਮਝਦੇ ਨੇ ਕਿ ਸਰਕਾਰ ਹੈ ਜਿਹੜਾ ਮੌਜੂਦੀ ਮੌਜੂਦਾ ਸਰਕਾਰ ਆ ਉਹ ਆਪਣਾ ਕੰਮ ਚੰਗੇ ਢੰਗ ਨਾਲ ਕਰ ਰਹੀ ਆ ਜਾਂ ਨਹੀਂ ਅ ਫੌਜੀ ਸਾਹਿਬ ਪਹਿਲਾਂ ਤਾਂ ਤੁਸੀਂ ਇਸ ਤਰੀਕੇ ਨੂੰ ਕਿਵੇਂ ਦੇਖਦੇ ਹੋ ਜਿਹੜੀ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਕਿਸੇ ਵੀ ਸਰਕਾਰ ਨੇ ਅਜਿਹਾ ਕਹਿੰਦੇ ਕੀਤਾ ਨਹੀਂ ਸੀਗਾ ਜਿਹੜਾ ਸਾਡੀ ਸਰਕਾਰ ਨੇ ਕਰ ਦਿੱਤਾ ਇਹ ਨਾਮ ਲੈਣੇ ਵੀ ਬੜੇ ਮੁਸ਼ਕਲ ਸੀਗੇ ਅਸੀਂ ਤਾਂ ਲਿਖ ਕੇ ਦੇ ਦਿੱਤੇ 7000 ਪੰਨਿਆਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿੱਦਾਂ ਕਹਿ ਲਓ ਕਿ देर आए दुरुਸਤ ਆਇ ਕਿਤਨਾ ਕਿਤੇ ਜਿਹੜੀ ਉਹ ਸਿੱਖਾਂ ਦੇ ਦਿਲਾਂ ਦੇ ਉੱਤੇ ਇੱਕ ਜ਼ਖਮਾਂ ਦੇ ਉੱਤੇ ਜਿਹੜੀ ਮੱਲਮ ਲਾਣ ਦਾ ਜਿਹੜਾ ਕੰਮ ਹੈ ਉਹ ਸਰਕਾਰ ਨੇ ਕਿਤੇ ਨਾ ਕਿਤੇ ਕੀਤਾ ਆ ਪਰ ਇਹ ਵੀ ਕਿਸੇ ਹੱਦ ਤੱਕ ਇਹ ਠੀਕ ਨਹੀਂ ਆ ਕਿਉਂਕਿ ਸਿੱਟਾਂ ਪਹਿਲਾਂ ਵੀ ਬਣੀਆਂ ਹੁਣ ਵੀ ਬਣਾ ਦੇਣੀਆਂ ਇਹਨਾਂ ਨੇ ਜਾਂ ਇਨਕੁਆਰੀਆਂ ਹੋਈਆਂ ਉਹਦੇ ਵਿੱਚੋਂ ਨਾਂ ਕੱਢ ਦਿੱਤੇ ਗਏ ਕਿਉਂਕਿ ਇਹ ਤੋਂ ਬਾਅਦ ਵੀ ਦੋ ਤਿੰਨ ਮੁੱਖ ਮੰਤਰੀ ਚੇਂਜ ਹੋ ਗਏ ਪਰ ਕਿਸੇ ਨੇ ਇਹ ਇਹ ਇਹੋ ਜਿਹਾ ਕੰਮ ਨਹੀਂ ਕੀਤਾ ਪਰ ਚਲੋ ਜਿਹੜਾ ਇਹਨਾਂ ਦਾ ਨਾਂ ਆਇਆ ਅੱਜ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਗੋਂਦੀ ਬਰਾੜ ਜਾਂ ਖਟੜਾ ਇਹ ਵੀ ਉਸ ਟਾਈਮ ਜਿਹੜੀ ਸੱਟ ਬਣੀ ਸੀਗੀ ਇਹਨਾਂ ਨੇ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀਗੀ ਬਾਦਰਾ ਨੂੰ ਪਰ ਜਦੋਂ ਤੱਕ ਇਹਨਾਂ ਨੂੰ ਪ੍ਰੋਪਰ ਸਜ਼ਾ ਨਹੀਂ ਮਿਲਦੀ ਅਸੀਂ ਤਾਂ ਇਹ ਹੈ ਕਿ ਜਿਸ ਇਹਨਾਂ ਨੇ ਇੱਕ ਗੁਰੂ ਸਾਹਿਬ ਨੂੰ ਆਪਾਂ ਜਾਗਦੀ ਜੋਤ ਦਾ ਦਰਜਾ ਦਿੱਤਾ ਤੇ ਇੱਕ ਕਿਸਮ ਦਾ ਕਤਲ 302 ਧਾਰਾ ਇਹਨਾਂ ਤੇ ਲੱਗਣੀ ਚਾਹੀਦੀ ਆ ਖਾਸ ਕਰਕੇ ਬਾਦਲਾਂ ਤੇ ਜਿੰਨਾ ਘਾਨ ਸਿੱਖ ਕੌਮ ਦਾ ਬਾਦਲ ਪਰਿਵਾਰ ਨੇ ਕੀਤਾ ਇੰਨਾ ਸ਼ਾਇਦ ਜਿਹੜੇ ਸਿੱਖ ਪੰਥ ਦੇ ਵਿਰੋਧੀ ਆ ਸ਼ਾਇਦ ਉਹਨਾਂ ਨਾਲ ਵੀ ਨਹੀਂ ਕੀਤਾ ਹੋਣਾ ਜਿੰਨਾ ਇਹਨਾਂ ਨੇ ਕੀਤਾ ਆ ਸਾਨੂੰ ਵੀ ਉਸ ਟਾਈਮ ਨੌਲੇਜ ਨਹੀਂ ਸੀ ਪਰ ਜਦੋਂ ਹੁਣ ਅਸੀਂ ਪੜਦੇ ਆਂ ਦੇਖਦੇ ਆਂ ਹੁਣ ਜਿਹੜਾ ਆ 2015 ਤੋਂ ਲੈ ਕੇ ਬਿਆਦਮੀਆਂ ਹੋਈਆਂ ਸਰਕਾਰ ਜੇ ਕਰਨੇ ਤੇ ਆਜੇ ਕੀ ਨਹੀਂ ਕਰ ਸਕਦੀ ਸਰਕਾਰ ਦੇ ਹੱਥ ਇੰਨੀ ਕੁ ਪਾਵਰ ਹੈ ਕੁਝ ਵੀ ਕਰ ਸਕਦੀ ਕੁਝ ਵੀ ਮਤਲਬ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇੰਨੀ ਕੁ ਪਾਵਰ ਹੈ ਪਰ ਇਹਨਾਂ ਦਾ ਜਾਣ ਬੁੱਝ ਕੇ ਇਸ ਪਾਸੇ ਨੂੰ ਆਏ ਨਹੀਂ ਆ ਕਿਉਂ ਖੁਦ ਇਹ ਦੋਸ਼ੀ ਸੀਗੇ ਬਾਦਲ ਪਰਿਵਾਰ ਖੁਦ ਦੋਸ਼ੀ ਸੀਗਾ ਅਸੀਂ ਇਸ ਸਰਕਾਰ ਨੂੰ ਵੀ ਚਲੋ ਜੇ ਇਹਨਾਂ ਨੇ ਇਹ ਕਦਮ ਚੁੱਕਿਆ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਇਕੱਲਾ ਜਾਂਚ ਤੱਕ ਨਾ ਸੀਮਤ ਰੱਖਿਓ ਨੌਵੇਂ ਤੱਕ ਸੀਮਤ ਨਾ ਰੱਖਿਓ ਕਿ ਨੌ ਆਗੇ ਜੀ ਚਲਾਨ ਪੇਸ਼ ਕਰਤਾ ਨਹੀਂ ਇਹਨਾਂ ਨੂੰ 302 ਲਾ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਦਿੱਤੀ ਜਾਣੀ ਚਾਹੀਦੀ ਹੈ ਇਹਨਾਂ ਨੂੰ ਤਾਂ ਜਾ ਕੇ ਕਿਤੇ ਜਿਹੜੇ ਸਿੱਖ ਕੌਮ ਦੇ ਦਰਦਾਂ ਤੇ ਕਿਤੇ ਮੱਦਦ ਦਾ ਕੰਮ ਹੋ ਸਕਦਾ ਇਹ ਮੈਂ ਤਾਂ ਇਹ ਸਾਰੇ ਵਰਤਾਰੇ ਨੂੰ ਪਹਿਲਾਂ ਤਾਂ ਇਹ ਹੈ ਕਿ ਜਿੱਦਾਂ ਇਹਨਾਂ ਨੇ ਵੀ ਜਿਹੜੇ ਕੈਪਟਨ ਸਕੇ ਉਹਨਾਂ ਨਾਲ ਵੀ ਗੋਟਕੇ ਦੀ ਸੌਂ ਖਾਧੀਆਂ ਪਿਆਸੀ ਇਨਸਾਫ ਦਵਾਂਗੇ ਉਹ ਗੋਲੀ ਕਾਂਡ ਦਾ ਚਾਹੇ ਉਹ ਜਿਹੜਾ ਬੇਆਦਬੀਆਂ ਦਾ ਸਾਰਾ ਕੁਝ ਕਰਾਂਗੇ ਪਰ ਕਿਤੇ ਨਾ ਕਿਤੇ ਉਹ ਵੀ ਇੱਕ ਜਿਹੜਾ ਸਿਆਸੀ ਸਟੰਟ ਕਰਕੇ ਰਹਿ ਗਏ ਹੁਣ ਇਹ ਵੀ ਇਹ ਨਾ ਬਣ ਜਾਵੇ ਕਿ ਬਸ ਚਲਾਨ ਪੇਸ਼ ਕੀਤਾ ਤੇ ਇਹਨਾਂ ਦਾ ਕੰਮ ਖਤਮ ਹੋ ਜਾਣਾ ਪਰ ਨਹੀਂ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜੋ ਇਹਨਾਂ ਨੇ ਘਣਾਉਣਾ ਕੰਮ ਕੀਤਾ ਕਿਉਂਕਿ ਜਿਹੜਾ ਵਜ਼ੀਰ ਹੈ ਮੁੱਖ ਮੰਤਰੀ ਹੈ ਉਹੀ ਜੋ ਇਹ ਘਟਨਾ ਕਰਮ ਹੁੰਦੇ ਆ ਉਹਨਾਂ ਦਾ ਦੋਸ਼ੀ ਆ ਹਾਂ ਜੇ ਉਹਨਾਂ ਕਰਵਾਇਆ ਨਹੀਂ ਆ ਮੰਨ ਲਓ ਆਪਾਂ ਕਿਸੇ ਹੱਦ ਤੱਕ ਕਹਿ ਦਿੰਨੇ ਵੀ ਯਾਰ ਬਾਦਲ ਉੱਥੇ ਨਹੀਂ ਸੀਗੇ ਪਰ ਕਿ ਆ ਦੋਸ਼ਿਆ ਨੂੰ ਫੜ ਨਹੀਂ ਸਕਦੇ ਕਿ ਨਾ ਉਹ ਹੁਕਮ ਦਿੱਤਾ ਸ਼ਾਂਤ ਮਈ ਢੰਗ ਨਾਲ ਜਿਹੜੇ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੇ ਸੀਗੀਆਂ ਸੰਗਤਾਂ ਉਹਨਾਂ ਦੇ ਉੱਤੇ ਗੋਲੀ ਚਲਾਣੀ ਕਿੰਨਾ ਕੁ ਜਾਇਜ਼ ਸੀਗਾ ਕਿ ਆ ਹੁਣ ਇੱਕ ਹੋਰ ਦੇਖੋ ਤੁਸੀਂ ਬੈਲਟ ਹੌਰਸ ਚ ਮੈਂ ਵੀ ਨੌਕਰੀ ਕਰਕੇ ਆ ਬੈਲਟ ਹੌਰਸ ਚ ਕਿਤੇ ਵੀ ਤੁਹਾਡੀ ਡਿਊਟੀ ਲੱਗਦੀ ਆ ਜਾਂ ਕਿਤੇ ਵੀ ਕੋਈ ਇਹਨਾਂ ਨੂੰ ਟਾਸਕ ਮਿਲਦਾ ਬੈਲਟ ਹੌਰਸ ਨੂੰ ਪ੍ਰੋਪਰ ਤਰੀਕੇ ਨਾਲ ਡਿਊਟੀਆਂ ਲੱਗਦੀਆਂ ਬਾਈ ਨੇਮ ਜਸਕੀਰਤ ਸਿੰਘ ਹਰਨੇਕ ਸਿੰਘ ਜਾਂ ਹੋਰ ਕੋਈ ਵੀ ਆ ਇਹਨਾਂ ਦੀ ਬਾਈ ਨੇਮ ਡਿਊਟੀਆਂ ਲੱਗਦੀਆਂ ਬਾਈ ਨੇਮ ਇਹਨਾਂ ਦੇ ਕਾਰਡ ਬਣਦੇ ਆ ਡਿਊਟੀਆਂ ਲੱਗਦੀਆਂ ਫੇਰ ਵੀ ਸਾਨੂੰ ਇਹ ਨਹੀਂ ਪਤਾ ਵੀ ਫੇਰ ਵੀ ਅਸੀਂ ਅਣਪਛਾਤੇ ਕਹਿ ਦਿੱਤੇ ਕਿ ਪੁਲਿਸ ਅਣਪਛਾਤੀ ਸੀਗੀ ਕਿਤੇ ਨਾ ਕਿਤੇ ਦੋਸ਼ੀ ਬਾਦਲ ਪਰਿਵਾਰ ਹੈਗਾ ਤੇ ਸਾਰਾ ਕੁਝ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਇਹਨਾਂ ਤੇ ਐਕਸ਼ਨ ਲੈ ਕੇ ਇਹਨਾਂ ਨੂੰ ਜੇ ਫਾਂਸੀ ਨਹੀਂ ਤਾਂ ਉਮਰ ਕੈਦ ਇਹਨਾਂ ਨੂੰ ਹੋਣੀ ਚਾਹੀਦੀ ਇਸ ਦੇ ਵਿੱਚ ਅਗਰ ਜੇ ਗੱਲ ਕੀਤੀ ਜਾਵੇ ਜੋ ਮੁੱਖ ਪ੍ਰਿੰਸੀਪਲ ਸਖਤਰ ਹੈਗਾ ਗਗਨਦੀਪ ਬਰਾੜ ਤਾਂ ਤੁਹਾਨੂੰ ਕੀ ਲੱਗਦਾ ਉਹਨਾਂ ਦੀ ਕੀ ਭੂਮਿਕਾ ਰਹੀ ਹੋ ਸਕਦੀ ਹੈ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਸਬੰਦ ਜਾਰੀ ਕਰ ਦਿੱਤਾ ਡੀਆਈਜੀ ਨੇ ਉਹਨਾਂ ਨੂੰ ਵੀ ਏਡੀਜੀਪੀ ਨੇ ਉਹਨਾਂ ਨੂੰ ਇਹਨਾਂ ਦੀ ਕੀ ਭੂਮਿਕਾ ਰਹੀ ਹੋ ਸਕਦੀ ਹੈ ਤਾਂ ਕੀ ਲੱਗਦਾ ਕੀ ਕੁਝ ਨਿਕਲ ਸਕਦਾ ਜ ਇਹਨਾਂ ਦੇ ਪੁੱਛਗਿੱਛ ਹੋਏਗੀ ਕਿਉਂਕਿ ਲਗਾਤਾਰ ਸਟ ਚੱਲਦੀ ਸੀ ਪੁੱਛਗਿੱਛ ਕਰਦੀ ਸੀਗੀ ਇਨਵੈਸਟੀਗੇਸ਼ਨ ਕਰਦੀ ਸੀਗੀ ਤਾਂ ਇਹਨਾਂ ਤੋਂ ਹੁਣ ਜਿਹੜੀ ਹੈ ਇਨਵੈਸਟੀਗੇਸ਼ਨ ਹੋਏਗੀ ਕੀ ਨਵਾਂ ਨਿਕਲ ਸਕਦਾ ਇਹਨਾਂ ਦੇ ਕੋਲੋਂ ਕੁਝ ਦੱਸ ਸਕਦੇ ਨੇ ਜਾਂ ਫਿਰ ਕੋਈ ਅਜਿਹੀ ਗੱਲ ਹੋਏਗੀ ਜਿਹੜੀ ਕਿਸੇ ਨੂੰ ਪਤਾ ਨਹੀਂ ਹੈਗਾ ਸਾਹਮਣੇ ਆ ਸਕਦੀ ਹੈ ਪੁੱਛ ਦੇ ਵਿੱਚ ਦੇਖੋ ਇਹ ਵੈਸੇ ਵੀ ਕੁਝ ਨਾ ਕੁਝ ਤਾਂ ਕਾਰਨ ਹੁੰਦਾ ਜਿਹੜਾ ਕਿਸੇ ਦਾ ਨਾਮ ਹੁੰਦਾ ਚਾਹੇ ਉਹ ਕੋਈ ਵੀ ਕੇਸ ਹੈ ਚਾਹੇ ਉਹ ਸ਼ੱਕ ਦੇ ਆਧਾਰੇ 'ਚ ਹੈ ਸ਼ੱਕ ਵੀ ਆਪਾਂ ਤਾਂ ਹੀ ਕਰਾਂਗੇ ਜੇ ਸਾਨੂੰ ਪਤਾ ਵੀ ਹਾਂ ਵੀ ਆਹ ਬੰਦਾ ਇਹਦੇ ਨਾਲ ਰਹਿੰਦਾ ਤਾਂ ਹੀ ਉਹਦਾ ਨਾਮ ਆਊਗਾ ਤੇ ਮੈਨੂੰ ਵੀ ਲੱਗਦਾ ਕਿਤੇ ਨਾ ਕਿਤੇ ਜਿਹੜੇ ਉਸ ਟਾਈਮ ਦੇ ਅਫਸਰ ਸੀਗੇ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਜੇ ਇਹ ਵਾਕਿਆਈ ਮਤਲਬ ਬਿਲਕੁਲ ਸਹੀ ਢੰਗ ਨਾਲ ਜੇ ਕਿਤੇ ਜਾਂਚ ਹੁੰਦੀ ਆ ਤਾਂ ਜਿਹੜੇ ਉਸ ਟਾਈਮ ਮੌਕੇ ਦੇ ਅਫਸਰ ਆ ਇਹ ਜ਼ਰੂਰ ਇਨਵੋਲਵ ਹੋਣਗੇ ਬਹੁਤ ਕੁਛ ਇਹਨਾਂ ਤੋਂ ਨਿਕਲ ਸਕਦਾ ਕੀ ਲੱਗਦਾ ਇਸ ਦੇ ਵਿੱਚ ਜਲਦੀ ਜਿਵੇਂ ਸਰਕਾਰ ਕਹਿੰਦੀ ਨਜ਼ਰ ਆ ਰਹੀ ਹੈ ਚਾਰ ਸ਼ੀਟ ਦਾਖਲ ਕਰ ਦਿੱਤੀ ਚਲਾਨ ਪੇਸ਼ ਕਰ ਦਿੱਤਾ ਕੋਟਕਪੂਰਾ ਦਾ ਬੈਬਲ ਕਲਾਂ ਦੇ ਵੀ ਜਿਹੜਾ ਇਨਸਾਫ ਮੰਗਿਆ ਜਾਂਦਾ ਕਿ ਲੱਗਦਾ ਸਰਕਾਰ ਉਧਰ ਵੀ ਚੁਕੇਗੀ ਉਸ ਨੂੰ ਵੀ ਜਲਦੀ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕਰਗੇ ਹਜੇ ਇਹ ਹੱਲ ਨਹੀਂ ਹੋਇਆ ਜੇ ਨਾਮ ਧਾਕਲੇ ਨੇ ਕਿ ਲੱਗਦਾ ਇਸ ਨੂੰ ਹੱਲ ਕਰਨ ਤੋਂ ਬਾਅਦ ਉਸ ਵੱਲ ਸਰਕਾਰ ਦਾ ਚੁਕਾ ਹੋਏਗਾ ਬਿਲਕੁਲ ਜੀ ਜੋ ਚਾਹੇ ਜੋ ਮਰਜ਼ੀ ਕਹਿ ਲਈਏ ਪਰ ਜੋ ਪਹਿਲੀ ਗੱਲ ਤਾਂ ਇਹ ਸੀ ਕਿ ਇਹਨਾਂ ਦਾ ਚਲਾਣੇ ਨੀਸੀ ਪੇਸ਼ ਹੁੰਦਾ ਇਹਨਾਂ ਦਾ ਨਾਂ ਹੀ ਨਹੀਂ ਸੀ ਕਿਤੇ ਤਿੰਨ ਮੁੱਖ ਮੰਤਰੀ ਚੇਂਜ ਹੋ ਗਏ ਇਹਨਾਂ ਦਾ ਨਾਂ ਹੀ ਨਹੀਂ ਸੀ ਕਦੇ ਆਇਆ ਬਦਲਾਂ ਦਾ ਪਰ ਜੇ ਇਹ ਸਰਕਾਰ ਨੇ ਕੰਮ ਕੀਤਾ ਆ ਤਾਂ ਉਹ ਸਲਾਨਾ ਜੋਗ ਹੈ ਹਾਂ ਜਿਸ ਤਰ੍ਹਾਂ ਇਹ ਇਹਨਾਂ ਦਾ ਚਲਾਨ ਪੇਸ਼ ਕਰ ਰਿਹਾ ਤਾਂ ਜਿਹੜਾ ਉਹ ਬਾਬਲ ਕਲਾ ਗੋਲੀ ਕਾਂਡ ਵਾਲਾ ਉਹਨਾਂ ਨੂੰ ਵੀ ਇਹ ਜਿਹੜਾ ਕੇਸ ਹੈ ਸੋਲਵ ਹੋ ਸਕਦਾ ਪਰ ਇਹ ਤਾਂ ਹੋ ਸਕਦਾ ਜੇ ਇਹ ਜਿਹੜਾ ਰਾਸੀ 86 ਸਟੰਟ ਨਾ ਕਰਨ ਬਿਲਕੁਲ ਪਾਰਦਰਸ਼ੀ ਜਿਹੜੀਆਂ ਸਿੱਖ ਭਾਵਨਾਵਾਂ ਨਾਲ ਜੁੜੀਆਂ ਘਟਨਾਵਾਂ ਆ ਜਾਂ ਬਿਆਦਵੀ ਦੇ ਦੋਸ਼ੀ ਆ ਗੋਲੀ ਕਾਂਡ ਦੇ ਉਹਨਾਂ ਦੇ ਜਿਹੜੇ ਪਰਿਵਾਰ ਹੈ ਹੁਣ ਦੇਖੋ ਸੁਖਰਾਜ ਕਿੰਨਾ ਟਾਈਮ ਹੋ ਗਿਆ ਬੈਠੇ ਉਹਦੇ ਉਹਦੇ ਤਾਂ ਉਹਨਾਂ ਤਾਂ ਗਵਾ ਲਿਆ ਸਾਰਾ ਕੁਝ ਉਹੀ ਉਹਦਾ ਪਰਿਵਾਰ ਜਿਹੜਾ ਮੇਨ ਕਮਾਣੇ ਵਾਲਾ ਸੀਗਾ ਉਹ ਵੀ ਚਲਾ ਗਿਆ ਉਹ ਆਪ ਵਿਦੇਸ਼ ਚੋਂ ਇਸੇ ਕਰਕੇ ਪਰਿਵਾਰ ਚ ਆਇਆ ਫੇ ਚਲੋ ਆਪਣਾ ਪਰਿਵਾਰ ਸਮਝੀਏ ਕਿਤੇ ਨਾ ਕਿਤੇ ਇਹਨਾਂ ਦਾ ਵੀ ਜਿਹੜਾ ਇਹ ਸਰਕਾਰ ਦਾ ਰਵਈਆ ਚੇਂਜ ਹੋਇਆ ਚਾਹੇ ਉਹ ਸਿੱਧਵਾਂ ਗਿਆ ਸੀ ਉੱਥੇ ਚਾਹੇ ਉਹ ਉੱਥੇ ਸਿਆਸੀ ਲੀਡਰ ਵੀ ਆਂਦੇ ਸੀ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੋਰਚਾ ਲੱਗਿਆ ਉਹਦਾ ਪ੍ਰਭਾਵ ਪਿਆ ਸਰਕਾਰ ਤੇ ਚਾਹੇ ਉਹ ਉਹ ਪੱਕਾ ਮੋਰਚਾ ਲਾਇਆ ਚਾਹੇ ਇਹ ਸੰਗਤਾਂ ਦਾ ਇਕੱਠ ਹੈ ਚਾਹੇ ਇਹ ਪਰਿਵਾਰ ਨਾਲ ਕਿਤੇ ਆਪਣੀ ਜਿਹੜੀ ਜ਼ਿੰਮੇਵਾਰੀ ਸਮਝੀ ਆ ਕਿਉਂ ਇੰਨੀਆਂ ਲਾਹਣਤਾ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਸੇ ਹੋਰ ਪਿਛਲੀ ਸਰਕਾਰ ਨੂੰ ਪਈਆਂ ਹੋਣੀਆਂ ਜਿੰਨੀਆਂ ਆ ਸਾਲ ਦੇ ਵਿੱਚ ਵਿੱਚ ਇਹਨਾਂ ਨੂੰ ਪੈ ਗਈਆਂ ਤੇ ਇਹ ਜਿਹੜੀਆਂ ਜ਼ਿੰਮੇਵਾਰੀ ਜੇ ਇਹ ਸਰਕਾਰ ਸਮਝੇ ਤਾਂ ਇਨਸਾਫ ਮਿਲ ਸਕਦਾ ਜਿਹੜੀ ਬਾਕੀ ਵੀ ਘਟਨਾਵਾਂ ਹੋਈਆਂ ਉਹਨਾਂ ਦਾ ਇਨਸਾਫ ਦਵਾ ਸਕਦੀ ਸਰਕਾਰ ਦੇ ਵਿੱਚ ਜਿਵੇਂ ਅੱਜ ਧਾਲੀਵਾਲ ਸਾਹਿਬ ਮਨਿਸਟਰ ਆਪ ਖੁਦ ਗਏ ਸੰਧਵਾ ਸਾਹਿਬ ਸਪੀਕਰ ਉਹ ਵੀ ਜਾ ਕੇ ਆਏ ਨੇ ਉਹ ਸ਼ੁਕਰਾਨਾ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਨੇ ਕਿਉਂਕਿ ਸੰਧਵਾ ਸਾਹਿਬ ਪਹਿਲੇ ਦਿਨ ਹੀ ਕਹਿ ਕੇ ਸੀ ਜਿਸ ਦਿਨ ਅਜਿਹਾ ਹੋਏਗਾ ਸ਼ੁਕਰਾਨਾ ਸਮਾਗਮ ਜ਼ਰੂਰ ਕਰਾਵਾਂਗੇ ਉਹ ਕਹਿ ਕੇ ਸੀ ਪਰ ਉਹ ਉਹਨਾਂ ਦੇ ਬੋਲ ਸੱਚੀ ਨਹੀਂ ਆਏ ਹੁਣ ਸਮਾਂ ਲੱਗ ਗਿਆ ਸੀ ਪਰ ਹੁਣ ਹੋ ਗਿਆ ਸ਼ੁਕਰਾਨਾ ਸਮਾਗਮ ਹੀ ਹੋ ਗਿਆ ਹੁਣ ਸੰਗਤ ਫਿਰ ਉੱਥੋਂ ਉੱਠੇਗੀ ਜਾਂ ਕਿਵੇਂ ਦਾ ਮਾਹੌਲ ਰਹੇਗਾ ਦੇਖੋ ਇਹ ਜਿਹੜੇ ਜਿਹੜੇ ਦੇਖੋ ਜਦੋਂ ਇਸ 86 ਮੈਟਰ ਬਣ ਜਾਂਦੇ ਨੇ ਜਾਂ ਮਸਲੇ ਜਿਹੜੇ ਆ ਸਰਕਾਰਾਂ ਦੇ ਅਧੀਨ ਆ ਜਾਂਦੇ ਆ ਇਹਨਾਂ ਨੂੰ ਸਮਾਂ ਤਾਂ ਲੱਗਦਾ ਆ ਚਾਹੇ ਕੁਝ ਵੀ ਆ ਕਿਉਂਕਿ ਇਹ ਦੇਖੋ ਜਿਹੜਾ ਬੰਦਾ ਸਰਕਾਰਾਂ ਜੇ ਇਹ ਗਲਤ ਕੰਮ ਕਰਵਾਉਂਦੀਆਂ ਜਾਂ ਕਰਦੀਆਂ ਇਹ ਕੋਈ ਵੀ ਇਦਾਂ ਦਾ ਪੁਆਇੰਟ ਨਹੀਂ ਛੱਡਦੀਆਂ ਕਿ ਜਿਹਦੇ ਵਿੱਚ ਇਹ ਸੌਖੇ ਦੋਸ਼ੀ ਕਰਾਰ ਹੋ ਜਾਣ ਤੇ ਇਸੇ ਕਰਕੇ ਇਹ ਸਮਾਂ ਜ਼ਰੂਰ ਲੱਗਿਆ ਸਰਕਾਰ ਨਾਲ ਪਰ ਇਹਨਾਂ ਨੂੰ ਇੰਨਾ ਕਿ ਸਿਗਾ ਕਿ ਵਿਸ਼ਵਾਸ ਸਿਗਾ ਚਾਹੇ ਉਹ ਗੁਰੂਗਰਾਜ ਸਾਹਿਬ ਦੀ ਕਿਰਪਾ ਲਾ ਲਓ ਇਹਨਾਂ ਤੇ ਕਿੰਨਾ ਕਿਤੇ ਇਹਨਾਂ ਨੂੰ ਵਿਸ਼ਵਾਸ ਸੀਗਾ ਟਾਈਮ ਜ਼ਰੂਰ ਲੱਗਿਆ ਪਰ ਜੇ ਇਹ ਵਾਕਿਆ ਇਹਨਾਂ ਨੂੰ ਸਜ਼ਾ ਹੁੰਦੀ ਹੈ ਤਾਂ ਆਪਾਂ ਕਹਾਂਗੇ ਕਿ ਸਰਕਾਰ ਵਾਕਿਆ ਹੀ ਇਹ ਆਮ ਜਨਤਾ ਦੀ ਜਿਹੜੀ ਸਰਕਾਰ ਹੈ ਇਹ ਸਹੀ ਸਰਕਾਰ ਹੈ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਿਹੜੇ ਪੰਥਕ ਮੁੱਦੇ ਨੇ ਹੱਲ ਹੁੰਦੇ ਨੇ ਫਿਰ ਇਹ ਸਰਕਾਰ ਕਿਤੇ ਜਾਣ ਵਾਲੀ ਨਹੀਂ ਫਿਰ 20 25 ਸਾਲ ਤੁਸੀਂ ਫਿਰ ਇਹਨੂੰ ਇੱਥੇ ਰੱਖੋ ਦੇਖੋ ਬਿਲਕੁਲ ਇਹ ਜਿਹੜੇ ਜਿਹੜੇ ਹੁਣ ਜਿੱਥੇ ਚਾਹੇ ਮੋਰਚੇ ਲੱਗੇ ਆ ਚਾਹੇ ਉਹ ਜੀਰੇ ਦਾ ਮੋਰਚਾ ਸੀਗਾ ਚਾਹੇ ਉਹ ਸੁਖਰਾਜ ਨਾ ਮੋਰਚਾ ਲਾਇਆ ਸੀਗਾ ਚਾਹੇ ਆਹ ਬੰਦੀ ਸਿੰਘਾ ਕਿਤੇ ਨਾ ਕਿਤੇ ਜਿਹੜੀ ਸਟੇਟ ਦੀ ਸਰਕਾਰ ਆ ਉਹਦਾ ਹੱਥ ਹੁੰਦਾ ਆ ਕਿਉਂ ਸਟੇਟ ਦੀ ਸਰਕਾਰ ਕੋ ਬਹੁਤ ਪਾਵਰ ਹੈ ਅਸੀਂ ਹੁਣੇ ਦੇਖਿਆ ਪਿੱਛੇ ਜਿਹੜੀ ਤਾਮਨ ਲਾਡੂ ਦੀ ਸਰਕਾਰ ਸੀਗੀ ਉਹ ਉਹ ਸਰਕਾਰ ਨੇ ਮਤਾ ਪਾ ਦਿੱਤਾ ਕਿ ਉਹਦੇ ਜਿਹੜੇ ਅਰਜੀਵ ਗਾਂਧੀ ਦੇ ਜਿਹੜੇ ਕਾਤਲ ਸੀਗੇ ਉਹ ਸਰਕਾਰ ਦੇ ਦਵਾ ਕਰਕੇ ਹੀ ਉਹਨਾਂ ਨੂੰ ਰਿਹਾ ਕਰਨੇ ਪਏ ਤੇ ਇਹ ਕਿਤੇ ਨਾ ਕਿਤੇ ਜਿਹੜੀ ਸਟੇਟ ਦੀ ਸਰਕਾਰ ਆ ਇਹਦਾ ਰੋਲ ਹੈਗਾ ਜੇ ਤੁਸੀਂ ਕੋਈ ਚੰਗਾ ਮਤਲਬ ਕੋ ਫੈਸਲਾ ਲੈਣਾ ਤਾਂ ਸਰਕਾਰ ਦਾ ਰੋਲ ਹੈਗਾ ਆ ਇਹਦੇ ਵਿੱਚ ਤੁਸੀਂ ਹੁਣ ਸੰਤੁਸ਼ਟ ਹੋ ਜਾਗੇ ਜਿਹੜੇ ਪਹਿਲਾਂ ਚਾਰ ਸ਼ੀਟ ਦੇ ਵਿੱਚ ਨਾਮ ਦਾਖਲ ਹੋ ਗਏ ਨੇ ਤਾਂ ਕਈ ਤਾਂ ਕਹਿੰਦੇ ਨਜ਼ਰ ਅਸੇ ਅਸੀਂ ਇਸ ਤੋਂ ਸੰਤੁਸ਼ਟ ਨਹੀਂ ਹੈਗੇ 302 ਦਾ ਜਿਵੇਂ ਤੁਸੀਂ ਵੀ ਆਖਿਆ ਸੀਗਾ ਕਿ ਇਹਨਾਂ ਤੇ ਹੋਣਾ ਚਾਹੀਦਾ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੀਏਗੀ ਕੌਮ ਇਸ ਦੇ ਵਿੱਚ ਅਗਰ ਜੇ ਗੱਲ ਕੀਤੀ ਜਾਵੇ ਲਗਾਤਾਰ ਤਾਂ ਅਗਰ ਜੇ ਬਾਦਲ ਦੇ ਪਰਵਾਦ ਦੀ ਗੱਲ ਕੀਤੀ ਉਹ ਕਹਿੰਦੇ ਵੀ ਇਹ ਤਾਂ ਧੱਕੇ ਨਾਲ ਸਾਡਾ ਨਾਂ ਪਾਉਣ ਦੀ ਕੋਸ਼ਿਸ਼ ਹੈ ਸਾਨੂੰ ਬਦਨਾਮ ਕਰ ਰਹੇ ਨੇ ਇਹ ਸਿਆਸਤ ਖੇਡੀ ਜਾ ਰਹੀ ਹੈ ਫਿਰ ਕੀ ਲੱਗਦਾ ਤੁਸੀਂ ਸੰਤੁਸ਼ਟ ਕਿਵੇਂ ਹੋਗੇ ਤਾਂ ਉਹ ਪਰਿਵਾਰ ਦੇ ਨਾਲ ਵੀ ਧੱਕਾ ਹੋ ਸਕਦਾ ਜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਗੱਲ ਕੀਤੀ ਹੈ ਉਹਨਾਂ ਨਾਲ ਵੀ ਧੱਕਾ ਹੋ ਸਕਦਾ ਹੈ ਇਸ ਚੀਜ਼ ਦਾ ਵੀ ਸਾਡਾ ਧੱਕੇ ਨਾਲ ਨਾਂ ਪਾਇਆ ਜਾ ਰਿਹਾ ਨਹੀਂ ਦੇਖੋ ਧੱਕੇ ਵਾਲੀ ਤਾਂ ਇਸ ਦੇ ਵਿੱਚ ਗੱਲੇ ਕੋਈ ਨਹੀਂ ਧੱਕੇ ਵਾਲੀ ਤਾਂ ਗੱਲੇ ਹੀ ਹੁਣ ਮੈਂ ਮੰਨ ਲਓ ਕਿ ਮੇਰੇ ਅੰਦਰ ਅੰਡਰ ਕੋਈ ਟੀਮ ਕੰਮ ਕਰ ਰਹੀ ਆ 10 15 ਆਦਮੀ ਉਹਨਾਂ ਚ ਕੋਈ ਬੰਦਾ ਗਲਤ ਕੰਮ ਕਰ ਰਿਹਾ ਤਾਂ ਕਸੂਰਬਰ ਮੈਂ ਵੀ ਹੁੰਨਾ ਮੈਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਪੇ ਮੇਰੇ ਆ 10 ਬੰਦਿਆਂ ਨੇ ਇਸ ਬੰਦੇ ਨੇ ਕੰਮ ਕੀਤਾ ਫਿਰ ਉਹਦਾ ਨਾਂ ਦੱਸਣਾ ਚਾਹੀਦਾ ਜੇ ਮੈਂ ਸੱਚਾ ਜੇ ਮੈਂ ਆਪਣੇ ਬੰਦਿਆਂ ਨੂੰ ਵੀ ਬਚਾਣਾ ਮੈਂ ਖੁਦ ਗਲਤ ਆ ਫਿਰ ਮੈਂ ਉਹ ਬੰਦਿਆਂ ਨੂੰ ਵੀ ਬਚਾਉਂਗਾ ਇਹੀ ਬਾਦਲ ਪਰਿਵਾਰ ਨੇ ਕੀਤਾ ਅਕਾਲੀ ਦਲ ਸਰਕਾਰ ਨਹੀਂ ਮਾੜੀ ਅਸੀਂ ਖੁਦ ਅਕਾਲੀ ਆ ਅਸੀਂ ਵੀ ਅਕਾਲੀ ਆ ਅਕਾਲੀ ਪਾਰਟੀ ਛੀਦਾਂ ਦਾ ਬਹੁਤ ਖੂਨ ਡੋਲਿਆ ਤਾਂ ਜਾ ਕੇ ਅਕਾਲੀ ਪਾਰਟੀ ਹੋਂਦ ਚ ਆਈ ਆ ਪਰ ਇਹ ਜਿਹੜੇ ਕੋਸ਼ਕ ਬੰਦੇ ਇਹ ਬਾਦਲਾਂ ਨੇ ਅਕਾਲੀ ਦਲ ਜਿਹੜਾ ਨਾਂ ਆ ਇਹ ਬਦਨਾਮ ਕਰਕੇ ਰੱਖਤਾ ਚਾਹੇ ਉਹ ਸਰਸਾ ਸਾਥ ਨੂੰ ਮਾਫੀਨਾਮਾ ਦੇਣਾ ਚਾਹੇ ਇਹ ਜਿਹੜੇ ਕਾਂਡ ਹੋਏ ਆ ਦੇਖੋ ਸਰਕਾਰ ਦੇ ਹੱਥ ਪਾਵਰ ਸੀਗੀ ਉਸ ਟਾਈਮ ਸਰਕਾਰ ਇਹ ਕਰ ਸਕਦੀ ਸੀਗੀ ਭੇਜੀ ਆ ਬੰਦੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇ ਦਿਓ ਜੀ ਪਰ ਉਹਨਾਂ ਨੂੰ ਸਜ਼ਾ ਕੀ ਦੇਣੀਆਂ ਉਲਟਾ ਉਹਨਾਂ ਨੂੰ ਪ੍ਰੋਟੈਕਸ਼ਨਾਂ ਦੇਤੀਆਂ ਉਹਨਾਂ ਨੂੰ ਪ੍ਰੋਟੈਕਸ਼ਨਾਂ ਦੇਤੀਆਂ ਕਿਤੇ ਨਾ ਕਿਤੇ ਇਹ ਮੈਨੂੰ ਨਹੀਂ ਲੱਗਦਾ ਕਿ ਮਤਲਬ ਉਹ ਉਹਨਾਂ ਨਾਲ ਬਦੀਕੀ ਹੋਊਗੀ ਉਸ ਪਰਿਵਾਰ ਨਾਲ ਉਹ ਕਸੂਰਵਾਰ ਹੈਗੇ ਆ ਤਾਂ ਸਰਕਾਰ ਨੂੰ ਇਹ ਚਾਹੀਦਾ ਆਪਾਂ ਅਪੀਲ ਵੀ ਕਰਦੇ ਆ ਇਹ ਸਰਕਾਰ ਨੂੰ ਕਿ ਸਖਤ ਤੋਂ ਸਖਤ ਸਜ਼ਾ ਦੇ ਕੇ ਇਹਨਾਂ ਨੂੰ ਅੰਦਰ ਠੋਕਿਆ ਜਾ ਬਹੁਤ ਸ਼ੁਕਰੀਆ ਹਰਨੇਕ ਸਿੰਘ ਫੌਜੀ ਸਾਡੇ ਨਾਲ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਤੇ ਇਹਨਾਂ ਨੇ ਸਾਫ ਤੌਰ ਤੇ ਨਿਸ਼ਾਨਾ ਸਾਧਿਆ ਜੋ ਪਹਿਲਾਂ ਦੀ ਸਰਕਾਰਾਂ ਰਹਿੰਦੀਆਂ ਨੇ ਸਾਫ ਤੌਰ ਤੇ ਕਿਹਾ ਕਿ ਇਹਨੇ ਮੁੱਖ ਮੰਤਰੀ ਬਦਲ ਗਏ ਕਿਸੇ ਨੇ ਨਾ ਕੋਈ ਨਾਮ ਦਾਖਲ ਕੀਤਾ ਸੀਗਾ ਨਾ ਕਦੇ ਕਿਹਾ ਸੀ ਤਾਂ ਮੌਜੂਦਾ ਸਰਕਾਰ ਨੇ ਕਦ ਦਿਖਾਇਆ ਤਾਂ ਅਸੀਂ ਸੰਤੁਸ਼ਟ ਹੋਵਾਂਗੇ ਜਦੋਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਇਹਨਾਂ ਸੁਝਾਵਾਂ ਦਿੱਤੀਆਂ ਜਾਣਗੀਆਂ 302 ਦੀ ਜਿਹੜੀ ਗੱਲ ਕੀਤੀ ਗਈ ਹੈ ਪਰਚਾ ਜਿਹੜਾ 302 ਦਾ ਹੋਣਾ ਚਾਹੀਦਾ ਉਹਦੇ ਬਾਪੂ ਗੁਰਚੰਦ ਸਿੰਘ ਜੀ ਹੋਰਾਂ ਨੇ ਵੀ ਕਿਹਾ ਤਾਂ ਅੱਜ ਫੌਜੀ ਸਾਹਿਬ ਵੀ ਕਹਿੰਦੇ ਨਜ਼ਰ ਆਣੇ ਕਿ ਨੂੰ ਮੈਨਿਆ ਚਾਹੀਦੇ ਨੇ ਤਾਂ ਇਹ ਤਸਵੀਰ ਦੇ ਉੱਤੇ ਵਿਚਾਰ ਜੂ ਸਾਂਝ ਕਰੋ ਕਿ ਕਿਸ ਤਰ੍ਹਾਂ ਜੋ ਸੈਟ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਕੀ ਕੁਝ ਪੁੱਛਗਿਛ ਹੁੰਦੀ ਹੈ ਕੀ ਕੁਝ ਨਵਾਂ ਨਿਕਲ ਸਕਦਾ ਕਿਉਂਕਿ ਮੋੜ ਹੋਏਗਾ ਪੁੱਛ ਦੌਰਾਨ ਕੀ ਕੁਝ ਦੱਸਿਆ ਜਾ ਸਕਦਾ ਕਿਸ ਦਾ ਆਰਡਰ ਸੀਗਾ ਇਹ ਵੀ ਕਲੀਅਰ ਉਸ ਦਿਨ ਹੋ ਸਕਦਾ ਹੈ ਵਿਚਾਰ ਸਾਰਨਾ ਜੂ ਸਾਂਝ ਕਰੋ ਕੈਂਸਾ ਜੁਗਦਸ਼ਿ ਸ਼ਿਵਾ ਧੰਨਵਾਦ